ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 24 ਅਕਤੂਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਾਨਮੀ ਦੀ ਜਾਣਕਾਰੀ, ਵੱਖ ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖ਼ਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪੌਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖ਼ਬਰਾਂ ਨੂੰ ਸਪੌਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫ੍ਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9898 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖ਼ਬਰਾਂ। ਅਗਲੇ ਸਾਲ ਤੋਂ ਓਬਾਮਾ ਕੇਅਰ ਪ੍ਰੀਮੀਅਮ ਦੇ ਵਿੱਚ ਹੋਏਗਾ ਵਾਧਾ। ਪਾਕਿਸਤਾਨ ਦੇ ਕੁਐਟਾ ਦੇ ਵਿੱਚ ਪੁਲਿਸ ਅਕੈਡਮੀ ਤੇ ਹੋਇਆ ਹਮਲਾ, 20 ਲੋਕਾਂ ਦੀ ਮੌਤ। ਕੋਟਾ ਐਕਸੈਸ ਪਾਈਪਲਾਈਨ ਮਾਮਲੇ ਦੇ ਵਿੱਚ ਨੇਟਿਵ ਅਮਰੀਕਨਸ ਨੇ 1851 ਟ੍ਰੀਟੀ ਦਾ ਹਵਾਲਾ ਦਿੰਦੇ ਹੋਏ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ। ਓਕਲਾਹਾਮਾ ਦੇ ਵਿੱਚ ਪਾਈਪਲਾਈਨ ਲੀਕ ਹੋਣ ਕਰਕੇ ਪਾਈਪਲਾਈਨ ਨੂੰ ਸ਼ਟਡਾਊਨ ਕੀਤਾ ਗਿਆ। ਪੈਨਸਿਲਵੇਨੀਆ ਦੀ ਸਾਬਕਾ ਅਟਰਨੀ ਜਨਰਲ ਨੂੰ ਝੂਠੀ ਗਵਾਹੀ ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ। ਅਤੇ ਰੀਅਲ ਕਲੀਅਰ ਪੋਲਿਟਿਕਸ ਦੇ ਸਰਵੇਸ ਦੇ ਮੁਤਾਬਿਕ ਹਿਲਰੀ ਕਲਿੰਟਨ ਡੋਨਲਡ ਟਰੰਪ ਦੇ ਨਾਲੋਂ 6 ਅੰਕਾਂ ਦੀ ਲੀਡ ਤੇ। ਹੁਣ ਖ਼ਬਰਾਂ ਵਿਸਤਾਰ ਦੇ ਨਾਲ। ਓਬਾਮਾ ਐਡਮਿਨਿਸਟ੍ਰੇਸ਼ਨ ਨੇ ਇਹ ਹੁਣ ਕਨਫਰਮ ਕੀਤਾ ਹੈ ਕਿ ਇੰਸ਼ੋਰੈਂਸ ਦੇ ਪ੍ਰੀਮੀਅਮ ਦੇ ਵਿੱਚ ਵਾਧਾ ਹੋਵੇਗਾ। ਰਾਸ਼ਟਰਪਤੀ ਬਰਾਕ ਓਬਾਮਾ ਦੇ ਹੈਲਥ ਕੇਅਰ ਲਾਅ ਅੰਡਰ, ਜਿਸਨੂੰ ਕਿ ਓਬਾਮਾ ਕੇਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਸ ਦੇ ਤਹਿਤ ਹੁਣ ਅਗਲੇ ਸਾਲ ਪ੍ਰੀਮੀਅਮ ਦੇ ਵਿੱਚ ਕਾਫ਼ੀ ਜ਼ਿਆਦਾ ਵਾਧਾ ਹੋਣ ਦੇ ਆਸਾਰ ਲਾਏ ਜਾ ਰਹੇ ਹਨ। ਇਹ ਪੁਸ਼ਟੀ ਡਿਪਾਰਟਮੈਂਟ ਆਫ ਹੈਲਥ ਕੇਅਰ ਨੇ ਅੱਜ ਕੀਤੀ। ਇਸ ਤੋਂ ਪਹਿਲਾਂ ਟੈਕਸ ਪੇਅਰਜ਼ ਨੂੰ ਓਬਾਮਾ ਕੇਅਰ ਦੇ ਵਿੱਚ ਪ੍ਰੀਮੀਅਮ ਦੇ ਵਿੱਚ ਕਾਫ਼ੀ ਸਬਸਿਡੀ ਦਿੱਤੀ ਜਾਂਦੀ ਸੀ, ਪਰ ਹੁਣ ਇਸ ਪਲਾਨ ਦੇ ਵਿੱਚ ਤਬਦੀਲੀ ਲਿਆਉਂਦੇ ਹੋਏ ਲਗਭਗ 39 ਸਟੇਟਸ ਦੇ ਵਿੱਚ 25% ਪ੍ਰੀਮੀਅਮ ਹਾਈਕ ਕੀਤੀ ਜਾਏਗੀ। ਅਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਇੱਕ ਸਟੇਟ ਦੇ ਵਿੱਚ ਇਹ ਵਾਧਾ ਇਸ ਤੋਂ ਵੀ ਜ਼ਿਆਦਾ ਦਾ ਹੋਵੇਗਾ। ਇਸ ਦੇ ਨਾਲ ਨਾਲ ਪੰਜਾਂ ਦੇ ਵਿੱਚੋਂ ਇੱਕ ਕੰਜ਼ਿਊਮਰ ਨੂੰ ਸਿੰਗਲ ਇੰਸ਼ੋਰਰ ਤੋਂ ਹੀ ਆਪਣੀ ਇੰਸ਼ੋਰੈਂਸ ਪਿੱਕ ਕਰਨੀ ਹੋਵੇਗੀ, ਕਿਉਂਕਿ ਕਈ ਵੱਡੀਆਂ ਕੰਪਨੀਜ਼ ਜਿਨ੍ਹਾਂ ਦੇ ਵਿੱਚ ਯੂਨਾਈਟਿਡ ਹੈਲਥ ਗਰੁੱਪ, ਏਟਨਾ, ਹਿਊਮੈਨਾ ਆਦੀਆਂ ਵੱਖ ਵੱਖ ਕੰਪਨੀਆਂ ਓਬਾਮਾ ਕੇਅਰ ਤੋਂ ਪਿੱਛੇ ਹਟ ਰਹੀਆਂ ਹਨ। ਦੱਸਿਆ ਜਾ ਰਿਹਾ ਕਿ ਕੰਜ਼ਿਊਮਰਸ ਇਸ ਸਾਲ ਪ੍ਰੀਮੀਅਮ ਦੇ ਵਿੱਚ ਵਾਧਾ ਦੇਖਣਗੇ। ਇਸ ਦੇ ਨਾਲ ਨਾਲ ਇੰਸ਼ੋਰੈਂਸ ਪਾਲਿਸੀਜ਼ ਦੇਣ ਵਾਲੀਆਂ ਵੱਖ ਵੱਖ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ ਵੀ ਕਮੀ ਆਵੇਗੀ, ਕਿਉਂਕਿ ਬਹੁਤ ਸਾਰੀਆਂ ਕੰਪਨੀਜ਼ ਓਬਾਮਾ ਕੇਅਰ ਤੋਂ ਹੁਣ ਪਿੱਛੇ ਹਟ ਗਈਆਂ ਹਨ। ਰਿਪਬਲਿਕਨ ਪਾਰਟੀ ਸ਼ੁਰੂ ਤੋਂ ਹੀ ਓਬਾਮਾ ਕੇਅਰ ਦੇ ਖਿਲਾਫ਼ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਓਬਾਮਾ ਕੇਅਰ ਇੱਕ ਦਿਨ ਇੰਸ਼ੋਰੈਂਸ ਇੰਡਸਟਰੀ ਨੂੰ ਬਿਲਕੁਲ ਖਤਮ ਕਰ ਦੇਵੇਗੀ। ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਉਮੀਦਵਾਰ ਡੋਨਲਡ ਟਰੰਪ ਨੇ ਫਲੋਰੀਡਾ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਕਿਹਾ ਕਿ ਓਬਾਮਾ ਕੇਅਰ ਦੇ ਦਿਨ ਹੁਣ ਲੱਦ ਗਏ ਅਤੇ ਉਹਨਾਂ ਦੀ ਰਾਈਵਲ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਓਬਾਮਾ ਕੇਅਰ ਨੂੰ ਇਸ ਤੋਂ ਵੀ ਦੁੱਗਣਾ ਕਰਨਾ ਚਾਹੁੰਦੀ ਹੈ, ਪਰ ਉਹ ਇਸ ਤਰ੍ਹਾਂ ਨਹੀਂ ਹੋਣ ਦੇਣਗੇ, ਕਿਉਂਕਿ ਇਸ ਦੇ ਨਾਲ ਦੇਸ਼ ਦੀ ਇਕਾਨਮੀ ਤੇ ਕਾਫ਼ੀ ਫਰਕ ਪਏਗਾ ਅਤੇ ਦੇਸ਼ ਇਸ ਸਮੇਂ ਇਹ ਸਭ ਕੁਝ ਨਹੀਂ ਸਹਿ ਸਕਦਾ। ਦੱਸਿਆ ਜਾ ਰਿਹਾ ਕਿ ਕਈ ਸਟੇਟਸ ਦੇ ਵਿੱਚ ਕਾਫ਼ੀ ਜ਼ਿਆਦਾ ਪ੍ਰੀਮੀਅਮ ਦੇ ਵਿੱਚ ਵਾਧਾ ਹੋਵੇਗਾ। ਐਰੀਜ਼ੋਨਾ ਦੇ ਵਿੱਚ ਇੱਕ ਹਾਈਪੋਥੈਟੀਕਲ ਫਿਗਰ ਦੇ ਮੁਤਾਬਿਕ ਇੱਕ 23 ਸਾਲ ਦੇ ਨੌਜਵਾਨ ਦੀ ਇੰਸ਼ੋਰੈਂਸ ਦੇ ਵਿੱਚ 116% ਦਾ ਵਾਧਾ ਹੋਣ ਦੇ ਆਸਾਰ ਲਾਏ ਜਾ ਰਹੇ ਹਨ। ਇਸ ਖ਼ਬਰ ਨੇ ਇੱਕ ਵਾਰੀ ਫਿਰ ਓਬਾਮਾ ਕੇਅਰ ਦੇ ਉੱਤੀਆਂ ਸਾਰੀਆਂ ਉੱਠੀਆਂ ਕੰਟਰੋਵਰਸੀਜ਼ ਨੂੰ ਜਿਉਂਦਾ ਕਰ ਦਿੱਤਾ ਹੈ ਅਤੇ ਰਾਸ਼ਟਰਪਤੀ ਚੋਣਾਂ ਤੋਂ ਠੀਕ ਕੁਝ ਦਿਨ ਪਹਿਲਾਂ ਆਈ ਇਸ ਖ਼ਬਰ ਦੇ ਨਾਲ ਹਿਲਰੀ ਕਲਿੰਟਨ ਦੇ ਕੈਂਪੇਨ ਨੂੰ ਫਰਕ ਪੈਣ ਦੀ ਆਸ ਲਾਈ ਜਾ ਰਹੀ ਹੈ। ਪਾਕਿਸਤਾਨ ਦੇ ਕੁਐਟਾ ਦੇ ਵਿੱਚ ਇੱਕ ਗਨਮੈਨ ਨੇ ਪੁਲਿਸ ਅਕੈਡਮੀ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨੀ ਪੁਲਿਸ ਟ੍ਰੇਨਿੰਗ ਅਕੈਡਮੀ ਦੇ ਵਿੱਚ ਸਾਊਥ ਵੈਸਟਰਨ ਸਿਟੀ ਕੁਐਟਾ ਦੇ ਵਿੱਚ ਸੋਮਵਾਰ ਰਾਤ ਨੂੰ ਇਹ ਹਮਲਾ ਕੀਤਾ ਗਿਆ, ਜਿਸ ਦੇ ਵਿੱਚ 20 ਲੋਕਾਂ ਦੀ ਮੌਤ ਹੋਈ ਅਤੇ 100 ਤੋਂ ਜ਼ਿਆਦਾ ਇਸ ਦੇ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਕਿ ਇਸ ਫੈਸਿਲਿਟੀ ਦੇ ਵਿੱਚ 200 ਪੁਲਿਸ ਟ੍ਰੇਨੀ ਰਹਿ ਰਹੇ ਸਨ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਕੁਝ ਨੂੰ ਬੰਦੀ ਵੀ ਬਣਾਇਆ ਗਿਆ ਹੈ। ਬਲੋਚਿਸਤਾਨ ਪ੍ਰੋਵਿੰਸ ਦੇ ਹੋਮ ਮਿਨਿਸਟਰ ਸਰਫਰਾਜ਼ ਬੁਗਟੀ ਨੇ ਦੱਸਿਆ ਕਿ 5 ਤੋਂ 6 ਗਨਮੈਨ ਆਏ, ਜਿਨ੍ਹਾਂ ਨੇ ਇਸ ਟ੍ਰੇਨਿੰਗ ਫੈਸਿਲਿਟੀ ਦੇ ਉੱਤੇ ਇਹ ਹਮਲਾ ਕੀਤਾ। ਉਹਨਾਂ ਨੇ ਦੱਸਿਆ ਕਿ ਉਸ ਸਮੇਂ ਕੈਡਿਟ ਆਰਾਮ ਕਰ ਰਹੇ ਸਨ ਅਤੇ ਸੌ ਰਹੇ ਸਨ। ਦੱਸਿਆ ਜਾ ਰਿਹਾ ਕਿ ਆਰਮੀ ਦੇ ਇੱਕ ਕੈਪਟਨ ਨੂੰ ਵੀ ਇਸ ਦੇ ਵਿੱਚ ਕਾਫ਼ੀ ਸੱਟ ਵੱਜੀ ਹੈ। ਪੁਲਿਸ ਆਫੀਸ਼ੀਅਲ ਮੁਹੰਮਦ ਇਕਬਾਲ ਨੇ ਦੱਸਿਆ ਕਿ ਜ਼ਖਮੀਆਂ ਦੇ ਵਿੱਚੋਂ 12 ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ ਅਤੇ ਇੱਕ ਆਈ ਖ਼ਬਰ ਦੇ ਮੁਤਾਬਿਕ ਇਹ ਵੀ ਦੱਸਿਆ ਜਾ ਰਿਹਾ ਕਿ 33 ਲੋਕਾਂ ਦੀ ਮੌਤ ਹੋਈ ਹੈ, ਪਰ ਹਸਪੀਟਲ ਨੇ ਇਹ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਇਸ ਦਾ ਖੁਲਾਸਾ ਕਰੇਗੀ। ਹਜੇ ਤੱਕ
तक किसी भी अतवादी ग्रुप ने इस हमले की जिम्मेवारी नहीं ली। पुलिस मिलटरी पैरामिलटरी फोर्स हमला होने तो 20 मिनटा तो बाद उस जगह के उत्ते पहुंचे। क्वेटा लंबे समय तो अफगान तालिबान का सेंटर रहा है। कोटा एक्सैस पाइपलाइन मामले दे विच नेटिव अमेरिकन ने 1851 ट्रेटी का हवाला देंदे हुए जमीन दे उत्ते मुड़ दुबारा कब्जा कर लिया है। नेटिव अमेरिकन प्रोटेस्टर्स ने सोमवार को प्राइवेटली ओन लैंड दे उत्ते कब्जा कर लिया ते उन्होंने कहा कि 1851 दे विच यूएस गवर्नमेंट दे नाल जो ट्रेटी हुई सी उसके मुताबिक वह इस लैंड के सही हकदार हैं। नेटिव अमेरिकन का यह मूव काफ़ी महत्वपूर्ण है क्योंकि कंपनी डैलस बेस्ड एनर्जी ट्रांसफर पार्टनरज जो कि 1100 मील लंबी ऑयल पाइपलाइन नॉर्थ डकोटा तो लैके इलिनॉय तक बना रही है। यह पाइपलाइन चार स्टेट्स दे विच्चों होके जानी सी। एक वीडियो जो कि सोशल मीडिया दे उत्ते पोस्ट की गई है उस दे विच पुलिस ऑफिसर्स पेपर स्प्रे छिड़क के प्रोटेस्टर्स नूं उत्थों भजाउण की कोशिश कर रहे हैं। यूएस गवर्नमेंट ने इत्थे काफ़ी देर तो कंस्ट्रक्शन रोक दिती सी अते प्रोटेस्टर्स की यह मंग सी कि पाइपलाइन किसी होर राज दे विच्चों दी इलजाई जाए अते यह लैंड जो कि नेटिव अमेरिकन ਦੇ ਨਾਮ ਦੇ ਉੱਤੇ ਬੋਲਦਾ ਹੈ ਉਸ ਦੇ ਵਿੱਚ ਇਹ ਪਾਈਪਲਾਈਨ ਨਹੀਂ ਟੱਪਣੀ ਚਾਹੀਦੀ। ਪਰ ਯੂਐਸ ਗਵਰਨਮੈਂਟ ਨੇ ਕਿਹਾ ਕਿ ਹਜੇ ਤੱਕ ਇਸ ਦੇ ਸਹੀ ਮਾਲਿਕਾਨਾ ਹੱਕ ਦਾ ਪਤਾ ਨਹੀਂ ਚੱਲਿਆ ਹੈ, ਸੋ ਇਸ ਕਰਕੇ ਇਹ ਪੂਰਾ ਵਿਵਾਦ ਉੱਥੇ ਛਿੜਿਆ ਹੋਇਆ ਹੈ। ਪਾਈਪਲਾਈਨ ਕੰਪਨੀ ਵੀ ਗਵਰਨਮੈਂਟ ਦੇ ਉੱਤੇ ਪੂਰਾ ਪ੍ਰੈਸ਼ਰ ਪਾ ਰਹੀ ਹੈ ਕਿਉਂਕਿ ਉਹਨਾਂ ਦੇ ਕਾਫੀ ਬਿਲੀਅਨ ਡਾਲਰ ਇਸ ਪਾਈਪਲਾਈਨ ਦੇ ਉੱਤੇ ਲੱਗ ਚੁੱਕੇ ਹਨ। ओकलाहोमा दे विच सब तो वड्डी कच्चे तेल दी पाइपलाइन जो कि ओकलाहोमा तो लैके गल्फ कोस्ट रिफाइनरीज तक कच्चा तेल लैके जांदी सी उस दे विच लीकेज हो गई जिस दे कारण उस नूं बंद करना पिया। पाइपलाइन दे विच लीकेज दी खबर ऐतवार रात नूं मिली। एंटरप्राइज प्रोडक्ट्स पार्टनर्स कंपनी ने दस्या कि उन्होंने यह सीवे क्रूड पाइपलाइन जो कि 4 लाख बैरल पर डे लैके जांदी सी उस नूं बंद कर दिता है। पर कंपनी ने यह खबर नहीं दिती कि किन्नी मात्रा दे विच कच्चा तेल इस लीकेज दे कारण लीक होया। दस्या जा रहा है कि जिन्ना चिर रिकवरी एफर्ट कंप्लीट नहीं कर ले जांदे उन्ना चिर तेल दी यह मात्रा सांझी नहीं कीती जा सकती। सोमवार दोपहर नूं कंपनी ने मुड़ दोबारा यह खबर दिती कि वह सीवे ट्विन दे विच इस पाइपलाइन नूं दोबारा शुरू कर रहे हैं। कंपनी ने यह भी दावा किया कि लीक होए तेल के कारण किसी भी पब्लिक प्रॉपर्टी नूं कोई भी नुकसान नहीं पहुंचा है ते ना ही इस दे कारण किसी भी तरह की वैकुएशन करवाउण दी जरूरत पई है। कंपनी ने कहा कि वह एमरजेंसी रिस्पोंडर्स अते लॉ एनफोर्समेंट एजेंसीज ਨਾਲ ਮਿਲਜੁਲ ਕੇ ਇਹ ਕੰਮ ਕਰ ਰਹੀ ਹੈ ਤਾਂ ਕਿ ਇਸ ਤੇਲ ਨੂੰ ਕਲੀਅਰ ਕਰ ਲਿਆ ਜਾਵੇ। ਪੈਨਸਲਵੇਨੀਆ ਦੀ ਸਾਬਕਾ ਅਟਾਰਨੀ ਜਨਰਲ ਕੈਥਲੀਨ ਕੇਨ ਨੂੰ ਝੂਠੀ ਗਵਾਹੀ ਦੇਣ ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਕੈਥਲੀਨ ਕੇਨ ਨੂੰ ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ 10 ਤੋਂ 23 ਮਹੀਨੇ ਜੇਲ੍ਹ ਦੇ ਵਿੱਚ ਰਹਿਣ ਦੀ ਸਜ਼ਾ ਸੁਣਾਈ। ਕੈਥਲੀਨ ਕੇਨ ਜੋ ਕਿ ਇੱਕ ਵਾਰ ਪੈਨਸਲਵੇਨੀਆ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਰਾਈਜ਼ਿੰਗ ਸਟਾਰ ਮੰਨੀ ਜਾ ਰਹੀ ਸੀ, ਉਸ ਨੂੰ ਝੂਠੀ ਗਵਾਹੀ ਦੇਣ ਸਮੇਤ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਜਿਸ ਦੇ ਵਿੱਚ ਉਸ ਨੂੰ ਗ੍ਰੈਂਡ ਜਿਊਰੀ ਦੀ ਇਨਫੋਰਮੇਸ਼ਨ ਲੀਕ ਕਰਨ ਅਤੇ ਆਪਣੇ ਪੋਲੀਟੀਕਲ ਰਾਈਵਲ ਦੇ ਅਗੇਂਸਟ ਇਨਵੈਸਟੀਗੇਸ਼ਨ ਚਲਾਉਣ ਅਤੇ ਬਾਅਦ ਦੇ ਵਿੱਚ ਓਥ ਦੇ ਅੰਡਰ ਉਸਦੇ ਬਾਰੇ ਝੂਠ ਬੋਲਣ ਦੇ ਵਿੱਚ ਇਹ ਸਜ਼ਾ ਸੁਣਾਈ ਗਈ। ਅਗਸਤ ਦੇ ਵਿੱਚ ਜਦੋਂ ਉਸਨੂੰ ਦੋਸ਼ੀ ਪਾਇਆ ਗਿਆ ਸੀ ਤਾਂ ਉਸਨੇ ਆਪਣੀ ਪੋਸਟ ਤੋਂ ਇਸਤੀਫਾ ਦੇ ਦਿੱਤਾ ਸੀ। ਉਸਨੂੰ ਮੌਂਟਗੋਮਰੀ ਕਾਉਂਟੀ ਜੱਜ ਨੇ 8 ਸਾਲ ਦੇ ਪ੍ਰੋਬੇਸ਼ਨ ਦੇ ਉੱਤੇ ਭੇਜਿਆ ਸੀ, ਪਰ ਬਾਅਦ ਦੇ ਵਿੱਚ ਇਹ ਕੇਸ ਉਤਲੀ ਅਦਾਲਤ ਦੇ ਵਿੱਚ ਲਿਜਾਇਆ ਗਿਆ ਜਿੱਥੇ ਹੁਣ ਉਸਨੂੰ 10 ਤੋਂ 23 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਉਸਨੇ ਕੋਰਟ ਦੇ ਵਿੱਚ ਇਹ ਅਪੀਲ ਕੀਤੀ ਸੀ ਕਿ ਆਲਰੇਡੀ ਉਸਦਾ ਲਾਅ ਲਾਇਸੈਂਸ, ਉਸਦਾ ਪੋਲੀਟੀਕਲ ਕਰੀਅਰ ਅਤੇ ਉਸਦੀ ਰੈਪੂਟੇਸ਼ਨ ਖਤਮ ਹੋ ਚੁੱਕੀ ਹੈ ਅਤੇ ਇੰਨੀ ਸਜ਼ਾ ਉਸਦੇ ਕੀਤੇ ਲਈ ਕਾਫ਼ੀ ਹੈ, ਪਰ ਜੱਜ ਨੇ ਉਸਦੀ ਅਪੀਲ ਨਾਮਨਜ਼ੂਰ ਕਰਦੇ ਹੋਏ ਉਸਨੂੰ ਇਹ ਸਜ਼ਾ ਸੁਣਾਈ। ਕੈਲੀਫੋਰਨੀਆ ਦੇ ਵਿੱਚ 24 ਅਕਤੂਬਰ ਵੋਟਰ ਰਜਿਸਟ੍ਰੇਸ਼ਨ ਦਾ ਲਾਸਟ ਦਿਨ ਰਿਹਾ ਅਤੇ 24 ਅਕਤੂਬਰ ਮਿਡਨਾਈਟ ਤੱਕ ਆਨਲਾਈਨ ਆਪਣੀ ਵੋਟ ਰਜਿਸਟਰ ਕੀਤੀ ਜਾ ਸਕਦੀ ਹੈ। 8 ਨਵੰਬਰ 2016 ਨੂੰ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ, ਜਿਨ੍ਹਾਂ ਦੇ ਵਿੱਚ ਕਿ RCP ਦੇ ਆਏ ਸਰਵੇ ਦੇ ਮੁਤਾਬਕ ਹਿਲਰੀ ਕਲਿੰਟਨ 6 ਪੁਆਇੰਟ ਦੇ ਉੱਤੇ ਡੋਨਲਡ ਟਰੰਪ ਦੇ ਨਾਲ ਉਹ ਲੀਡ ਕਰ ਰਹੀ ਹੈ। ਟੈਕਸਸ ਸਟੇਟ ਜੋ ਕਿ ਪਹਿਲਾਂ ਰਿਪਬਲਿਕਨ ਪਾਰਟੀ ਦੀ ਕੀ ਸਟੇਟ ਮੰਨੀ ਜਾਂਦੀ ਸੀ RCP ਦੇ ਉੱਤੇ ਇਸ ਸਮੇਂ ਉਹ ਵੀ ਹੁਣ ਟੌਸਅਪ ਸਟੇਟ ਦੇ ਵਿੱਚ ਆ ਚੁੱਕੀ ਹੈ, ਜਿਸ ਦੇ ਨਾਲ ਹੁਣ ਫਲੋਰੀਡਾ, ਟੈਕਸਸ, ਜੋਰਜੀਆ, ਐਰੀਜ਼ੋਨਾ, ਨਿਵਾਡਾ, ਮਿਨੀਸੋਟਾ, ਆਇਓਵਾ ਸਮੇਤ ਕਈ ਸਟੇਟਸ ਟੌਸਅਪ ਸਟੇਟਸ ਦੇ ਵਿੱਚ ਆ ਚੁੱਕੀਆਂ ਹਨ। ਰੀਅਲ ਕਲੀਅਰ ਪੋਲਿਟਿਕਸ ਦੇ ਦਿੱਤੇ ਗਏ ਇਸ ਸਰਵੇ ਦੇ ਮੁਤਾਬਕ 262 ਸੀਟ ਇਸ ਸਮੇਂ ਹਿਲਰੀ ਕਲਿੰਟਨ ਨੂੰ ਮਿਲ ਰਹੀ ਹੈ ਅਤੇ ਡੋਨਲਡ ਟਰੰਪ 126 ਦੇ ਉੱਤੇ ਹਨ, ਅਤੇ ਟੌਸਅਪ ਸਟੇਟਸ ਜੋ ਕਿ 150 ਇਲੈਕਟਰਲ ਕਾਲਜ ਇਹਨਾਂ ਦੇ ਕੋਲ ਹੈ, ਉਹ ਕਿਸੇ ਵੀ ਪਾਸੇ ਜਾ ਕੇ ਗੇਮ ਚੇਂਜ ਕਰ ਸਕਦੇ ਹਨ। 8 ਨਵੰਬਰ 2016 ਨੂੰ ਹੁਣ ਲੋਕਾਂ ਦੀ ਪਾਈ ਵੋਟ ਤੋਂ ਬਾਅਦ ਇਹਨਾਂ ਪੋਲੀਟੀਕਲ ਸਰਵੇਸ ਦੇ ਉੱਤੇ ਮੋਹਰ ਲੱਗੇਗੀ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 73 ਡਿਗਰੀ ਅਤੇ ਰਾਤ ਨੂੰ ਲੋਅ ਟੈਂਪਰੇਚਰ 55 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋਅ। ਇੱਥੇ ਮੀਂਹ ਪੈਣ ਦੇ ਆਸਾਰ ਬਣੇ ਰਹਿਣਗੇ। ਸੈਕਰਾਮੈਂਟੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋਅ। ਇੱਥੇ ਵੀ ਮੀਂਹ ਪੈਣ ਦੀ 80% ਸੰਭਾਵਨਾ ਹੈ। ਯੂਬਾ ਸਿਟੀ ਦੇ ਵਿੱਚ 67% ਹਾਈ ਅਤੇ ਰਾਤ ਨੂੰ 54 ਡਿਗਰੀ ਲੋਅ। ਇੱਥੇ ਵੀ ਮੀਂਹ ਪੈਣ ਦੀ 80% ਸੰਭਾਵਨਾ ਹੈ। ਸਟੋਕਟਨ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋਅ। ਟ੍ਰੇਸੀ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋਅ। ਮੋਡੈਸਟੋ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋਅ। ਫਰੈਜ਼ਨੋ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋਅ। ਬੇਕਰਫੀਲਡ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋਅ। ਲੋਸ ਏਂਜਲਸ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋਅ। ਟਰਕੀ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋਅ। ਸਾਊਥ ਲੇਕ ਟਾਹੋ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋਅ। ਪੋਰਟਲੈਂਡ ਓਰੇਗਨ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋਅ। ਇੱਥੇ ਰਾਤ ਨੂੰ ਮੀਂਹ ਪਵੇਗਾ। ਸੈਟਲ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋਅ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋਅ। ਸੋਲਟ ਲੇਕ ਸਿਟੀ ਯੂਟਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋਅ। ਸ਼ਿਕਾਗੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋਅ। ਨਿਊਯਾਰਕ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋਅ। ਕੈਨੇਡਾ ਟੋਰਾਂਟੋ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋਅ। ਵਿਨੀਪੈਗ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋਅ। ਕੈਲਗਰੀ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋਅ। ਵੈਨਕੂਵਰ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋਅ। ਪੰਜਾਬ ਅੰਮ੍ਰਿਤਸਰ ਦੇ ਵਿੱਚ 32 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋਅ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋਅ। ਲੰਡਨ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋਅ। ਬਰਲਿਨ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋਅ। ਫਰਾਂਸ ਪੈਰਿਸ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋਅ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 70 ਅੰਕ ਵੱਧ ਕੇ 18,223.03 ਤੇ ਬੰਦ ਹੋਇਆ। ਨੈਸਡੈਕ 52 ਅੰਕ ਵੱਧ ਕੇ 53,09.83 ਤੇ ਬੰਦ ਹੋਇਆ। S&P 10 ਅੰਕ ਵੱਧ ਕੇ 2,51.33 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਗੋਪਰੋ ਦਾ ਰਿਹਾ, ਜਿਸ ਦੀ ਕੀਮਤ 13.87 ਰਹੀ। ਵਿਲਸ਼ਾਇਰ 5,126 ਅੰਕ ਵੱਧ ਕੇ 22,391.02 ਤੇ ਬੰਦ ਹੋਇਆ। ਕਰੰਸੀ ਐਕਸਚੇਂਜ ਰੇਟ ਦੇ ਵਿੱਚ US ਡਾਲਰ ਦੀ ਕੀਮਤ 60.84 ਰੁਪਏ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50.06 ਰੁਪਏ, ਬ੍ਰਿਟਿਸ਼ ਪਾਉਂਡ ਦੀ ਕੀਮਤ 81.65 ਰੁਪਏ, ਆਸਟ੍ਰੇਲੀਅਨ ਡਾਲਰ ਦੀ ਕੀਮਤ 50.77 ਰੁਪਏ, ਇੱਕ ਯੂਰੋ ਦੀ ਕੀਮਤ 72.66 ਰੁਪਏ, ਬਹਿਰੀਨੀ ਦਿਨਾਰ ਦੀ ਕੀਮਤ 177.29 ਰੁਪਏ, ਇੱਕ ਕੁਵੈਤੀ ਦਿਨਾਰ ਦੀ ਕੀਮਤ 220.84 ਰੁਪਏ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47.62 ਰੁਪਏ ਅਤੇ ਇੱਕ ਸਿੰਗਾਪੁਰ ਡਾਲਰ ਦੀ ਕੀਮਤ 47.95 ਰੁਪਏ। ਸੋਨੇ ਦਾ ਰੇਟ $1,263.76 ਪਰ ਔਂਸ ਰਿਹਾ ਅਤੇ ਚਾਂਦੀ $17.56 ਪਰ ਔਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-722-9898 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਫਰੈਜ਼ਨੋ ਇਲਾਕੇ ਦੇ ਵਿੱਚ ਸੁਣ ਰਹੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸਦੇ ਜਾਈਏ, ਪੰਜਾਬੀ ਰੇਡੀਓ USA ਨੂੰ ਤੁਸੀਂ ਹੁਣ ਸੁਣ ਸਕਦੇ ਹੋ ਜੀ 1300 AM ਦੇ ਉੱਤੇ। ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।